ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਦੇ ਅੱਜ ਦੀ ਵੀਡੀਓ ਝੋਨੇ ਦੀ ਫਸਲ ਦੇ ਸੰਬੰਧ ਵਿੱਚ ਬਣਾ ਰਹੇ ਹਾਂ ਕਿ ਜਿਵੇਂ ਕਈ ਕਿਸਾਨ ਵੀਰਾਂ ਦੇ ਕਮੈਂਟ ਆ ਰਹੇ ਕਿ ਪੀਆਰ 114 ਜਾਂ ਪੀਆਰ 111 ਵੈਰੈਟੀ ਲਾਈ ਵੀ ਹੈ ਤੇ ਉਹ ਪਕਾਵਲ ਵੱਧ ਰਹੀ ਆ ਤੇ ਉਹਨਾਂ ਦੀ 10-15 ਦਿਨ ਤੱਕ ਜਾਂ 20 ਦਿਨ ਤੱਕ ਕਟਾਈ ਹੋ ਜਾਣੀ ਆ ਤੇ ਉਹਨਾਂ ਵਿੱਚ ਹੌਪਰ ਦਾ ਹਮਲਾ ਬਹੁਤ ਵਧਿਆ ਤੇ ਜਦੋਂ ਇਹ ਕੰਡੀਸ਼ਨ ਆ ਜਾਂਦੀ ਹੈ ਤੇ ਉਸ ਟਾਈਮ ਪੱਤਿਆਂ ਦੇ ਸਟੋਮਾਟਾ ਕੰਮ ਕਰਨਾ ਘੱਟ ਕਰ ਦਿੰਦੇ ਆ ਸਪਰੇਅ ਵਗੈਰਾ ਨੂੰ ਆਪਦੇ ਵਿੱਚ ਸਮਾਉਣ ਦੀ ਸ਼ਕਤੀ ਘੱਟ ਕਰ ਦਿੰਦੇ ਆ ਤੇ ਜਿਸ ਨਾਲ ਰਿਜ਼ਲਟ ਵੀ ਬਹੁਤ ਘੱਟ ਮਿਲਦੇ ਆ ਤੇ ਇਸ ਕੰਡੀਸ਼ਨ ਤੇ ਆਪਾਂ ਨੂੰ ਕਿ ਕਿਹੜੀ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਆ ਇਸ ਦੇ ਸੰਬੰਧ ਵਿੱਚ ਦੱਸਾਂਗੇ ਤੇ ਇੱਕ ਕਿਹੜੀਆਂ ਕਿਹੜੇ ਟੈਕਨੀਕਲ ਕੰਮ ਕਰ ਰਹੇ ਆ ਕਿਹੜੀਆਂ-ਕਿਹੜੀਆਂ ਕੈਮੀਕਲ ਦੇ ਆਪਾਂ ਨੂੰ ਹੌਪਰ ਤੇ ਵਧੀਆ ਚੰਗੇ ਰਿਜ਼ਲਟ ਮਿਲ ਰਹੇ ਆ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਉਸ ਤੋਂ ਪਹਿਲਾਂ ਜਿਹੜੇ ਵੀਰਪਰਾ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਖੇਤੀਬਾੜੀ ਦੀes ਬੰਦ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲਦੀ ਰਹੇ। ਸਭ ਤੋਂ ਪਹਿਲਾਂ ਆਪਾਂ ਜਾਣਦੇ ਵੀ ਕਿਹੜੇ ਕਿਹੜੇ ਟੈਕਨੀਕਲ ਕੰਮ ਕਰ ਰਹੇ ਚੈਸ ਵਾਲਾ ਟੈਕਨੀਕਲ ਪਾਈਮੈਟਰ ਹੈ ਜੀ ਮਸ਼ੀਨ ਵਾਲਾ ਵੀ ਕੰਮ ਕਰੇ ਜੇ ਇਹਨਾਂ ਦੋਹਾਂ ਨੂੰ ਕੰਬੀਨੇਸ਼ਨ ਬਣਾ ਕੇ ਕਰ ਰਹੇ ਤੇ ਸਭ ਤੋਂ ਵਧੀਆ ਟੌਪ ਦੇ ਰਿਜ਼ਲਟ ਮਿਲ ਰਹੇ ਆ ਤੇ ਜੇ ਇਹਨਾਂ ਦੇ ਨਾਲ ਆਪਾਂ ਮੀਡਾ ਕੋਲੋਰਾਇਡ ਵਰਤ ਰਹੇ ਆ ਜਾਂ ਚੈਸ ਨਾਲ ਜਾਂ ਸੀਨ ਨਾਲ ਉਸ ਨਾਲ ਵੀ ਆਪਾਂ ਨੂੰ 80-90% ਦਾ ਰਿਜ਼ਲਟ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਇੱਕ ਟੈਕਨੀਕਲ ਨਵਾਂ ਦੱਸਾਂਗੇ ਜੋ ਕਿ ਮਾਰਕੀਟ ਵਿੱਚ ਬਲੈਕ 골ਡ ਜਾਂ ਬਲੈਕ ਮੈਜਿਕ ਦੇ ਨਾਂ ਤੇ ਆ ਰਿਹਾ ਟੈਕਨੀਕਲ ਹੈਗਾ ਬਿਫਰੋਜਨ 25% ਐਸਸੀ ਫਾਰਮੂਲੇਸ਼ਨ ਚ ਆਉਂਦਾ ਤੇ ਇਸ ਦੀ ਡੋਜ਼ ਲੈਣੀ ਹੈ ਜੀ 300 ਐਮਐਲ ਤੇ ਇਸ ਨੂੰ ਕੱਲੇ ਨੂੰ ਸਪਰੇਅ ਕਰਨਾ ਘਟੋ-ਘਟ 150 ਲੀਟਰ ਪਾਣੀ ਜ਼ਰੂਰ ਲਾਉਣਾ ਫੇਰ ਹੀ ਆਪਾਂ ਨੂੰ ਚੰਗੇ ਨਤੀਜੇ ਮਿਲ ਸਕਦੇ ਆ ਤੇਜ਼ ਬਹੁਤ ਆ ਰਿਜ਼ਲਟ ਇਹਦਾ 15 ਦਿਨ ਤੱਕ ਹੈਗਾ ਇਹਨੂੰ ਉੱਥੇ ਹੀ ਕੀਤਾ ਜਾਵੇ ਜਿੱਥੋਂ ਇਸ ਤੋਂ ਬਾਅਦ ਆਪਾਂ ਨੂੰ ਕੋਈ ਵੀ ਸਪਰੇਅ ਕਰਨੀ ਨਾ ਪਵੇ ਝੋਨਾ ਹਰਿਆਂ ਪਰ ਆ ਹੋਣਾ ਚਾਹੀਦਾ ਜਦੋਂ ਵੀ ਤੁਸੀਂ ਕੋਈ ਵੀ ਤੇਲੇ ਵਾਲੀ ਸਪਰੇਅ ਕਰਨੀ ਆ ਤੇ ਇਸ ਤੋਂ ਬਾਅਦ ਅੱਗੇ ਜਾਣਦੇ ਆ ਵੀ ਜੇ ਆਪਾਂ 15 ਦਿਨ ਤੱਕ ਜਾਂ 20 ਦਿਨ ਤੱਕ ਕਟਾਈ ਕਰਨੀ ਆ ਖੀਰਲਾ ਜਿਹੜਾ ਤੁਹਾਨੂੰ ਤਰੀਕਾ ਦਾ ਸਰਿਆਂ ਇਹ ਬਿਲਕੁਲ ਤੁਸੀਂ ਖੀਰ ਤੇ ਵਰਤਣਾ ਜਦੋਂ ਤੁਹਾਡੇ ਝੋਨੇ ਦੀ ਕਟਾਈ 15 ਜਾਂ 20 ਦਿਨ ਤੱਕ ਹੋ ਜਾਣੀ ਹੋਵੇ ਤੇ ਜੇ ਆਪਾਂ ਇਸ ਨੂੰ ਪਹਿਲਾਂ ਵਰਤ ਲਾਂਗੇ ਤਾਂ ਇਹ ਸਾਰੇ ਮਿੱਤਰ ਜੀਵ ਸਾਰੇ ਗਾ ਇਸ ਨੂੰ ਸਾਫ਼ ਕਰ ਦੂਗਾ ਤੇ ਇਸ ਲਈ ਮੈਂ ਕਹਿ ਰਿਹਾ ਵਾਰ-ਵਾਰ ਇਹਨੂੰ ਬਿਲਕੁਲ ਖੀਰ ਤੇ ਵਰਤਨਾ ਜਦੋਂ ਹੌਪਰ ਨਹੀਂ ਕੰਟਰੋਲ ਹੋ ਰਿਹਾ ਤੇ ਆਪਾਂ ਸਪਰੇਅ ਵੀ ਨਹੀਂ ਕਰ ਸਕਦੇ ਉਸ ਸਮੇਂ ਇਸ ਦੀ ਵਰਤੋਂ ਕਰ ਸਕਦੇ ਆਓ ਜਾਣਦੇ ਆ ਕੀ ਕੀ ਕਰਨਾ ਸਭ ਤੋਂ ਪਹਿਲਾਂ 250 ਐਮਐਲ ਲੈਣੀਆਂ ਡੀਡੀਵੀਪ 500 ਐਮਐਲ ਲੈਣੀਆਂ ਕਲੋਰੋਪੈਰੀਫਾਸ ਤੇ ਦੋਵਾਂ ਨੂੰ ਮਿੱਟੀ ਦੇ ਵਿੱਚ ערਲਾ ਕੇ ਜਾਂ 10 ਕਿਲੋ ਡੀਏਪ ਜਾਂ 10 12 ਕਿਲੋ ਸੁਪਰ ਜਾਂ ਜੋ ਕਿ ਆਪਣੇ ਖੇਤ ਵਿੱਚ ਸਾਨੀ ਨਾਲ ਛਿੱਟਾ ਦਿੱਤਾ ਜਾ ਸਕੇ ਤੇ ਜਦੋਂ ਛਿੱਟਾ ਦੇਣਾ ਖੇਤ ਵਿੱਚ ਹਲਕੀ ਮਾਤਰਾ ਵਿੱਚ ਪਾਣੀ ਜ਼ਰੂਰ ਹੋਣਾ ਚਾਹੀਦਾ ਛਿੱਟਾ ਦੇਣ ਸਮੇਂ ਇੱਕ ਦੋ ਸਾਵਧਾਨੀਆਂ ਜ਼ਰੂਰ ਰੱਖਣੀਆਂ ਹੱਥਾਂ ਤੇ ਦਸਤਾਨੇ ਪਾਏ ਜਾਣ ਤੇ ਮਾਸਕ ਲਾਇਆ ਜਾਵੇ ਤਾਂ ਜੋ ਇਹ ਗੈਸ ਬੰਦੀ ਆਪਣੇ ਤੇ ਕੋਈ ਵੀ ਸਾਈਡ ਇਫੈਕਟ ਨਾ ਹੋਵੇ ਥੋੜਾ ਜਿਹਾ ਰਿਸਕ ਵਾਲਾ ਕੰਮ ਆ ਬਹੁਤ ਧਿਆਨ ਨਾਲ ਕਰਨਾ ਤੇ ਇਸ ਦੇ ਰਿਜ਼ਲਟ ਤੁਹਾਨੂੰ 3-4 ਘੰਟਿਆਂ ਵਿੱਚ ਹੀ ਪਤਾ ਲੱਗ ਜਾਣਗੇ ਜਦੋਂ ਗੈਸ ਬਣ ਗਈ ਨੇ ਸਾਰਾ ਕੁਝ ਥੱਲੇ ਬਾ ਦੇਣਾ ਤੇ ਜਿਹੜੇ ਕਿਸਾਨ ਭਰਾਵਾਂ ਨੇ ਪਿਛਲੇ ਸਾਲਾਂ ਚ ਕਿਸੇ ਦੀ ਮਜਬੂਰੀ ਸੀ ਉਸ ਨੇ ਵਰਤਿਆ ਤੇ ਉਹ ਆਪਦੇ ਤਜਰਬੇ ਕਮੈਂਟਾਂ ਵਿੱਚ ਜਰੂਰ ਸਾਂਝੇ ਕਰੇ ਤੇ ਬਾਕੀ ਜਿਹੜੀ ਵੀ ਕੋਈ ਤੇਲੇ ਵਾਲੀ ਹੌਪਰ ਲਈ ਕੋਈ ਵੀ ਸਪਰੇਅ ਕਰ ਰਹੇ ਹੋ ਕੋਸ਼ਿਸ਼ ਕਰਿਆ ਕਰੋ ਕਿ ਕੱਲੀ ਨੂੰ ਕੀਤਾ ਜਾਵੇ ਤੇ ਪਾਣੀ ਘਟੋ ਘਟ 150 ਤੋਂ 200 ਲੀਟਰ ਵਰਤੋ ਤਾਂ ਜਾ ਕੇ ਚੰਗੇ ਨਤੀਜੇ ਤੁਹਾਨੂੰ ਮਿਲ ਸਕਦੇ ਆ ਝੋਨੇ ਇਸ ਸਾਲ ਬਹੁਤ ਭਾਰੇ ਆ ਬਰਖਾ ਪਹਿਲਾਂ ਬਹੁਤ ਚੰਗੀ ਹੋ ਗਈ ਸੀਗੀ ਤੇ ਜੇ ਆਪਾਂ 100 ਲੀਟਰ ਪਾਣੀ ਉਹ ਵੀ ਹਵਾ 'ਚ ਡਾ ਕੇ ਛਿੜਕ ਜਾਗੇ ਤਾਂ ਕੋਈ ਆਪਾਂ ਚੰਗੇ ਰਿਜ਼ਲਟ ਦੀ ਉਮੀਦ ਨਹੀਂ ਰੱਖ ਸਕਦੇ ਤੇ ਬਾਕੀ ਇਸ ਤਰ੍ਹਾਂ ਦੀਆਂ ਖੇਤੀਬਾੜੀ ਦੇ ਸੰਬੰਧ ਵੀਡੀਓ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਤੇ ਆ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ